ਪਰ ਮੈਂ ਕਰਦਨੇ ਮੈਨੂੰ ਵੀ ਕਮੈਂਟ ਆਉਂਦੰਦੇ ਆ ਵੀ ਬੁਰਕੀ ਬੁਰਕੀ ਨਾ ਬੰਦਾ ਬੋਲਦਾ ਵੀ ਐ ਕਰਦਾ ਬੋਲਦਾ ਜੀ ਆ ਕਰਕੇ ਕਰੋਦੀ ਪਾਰਟੀ ਨੇ ਪੈ ਜਾਂਦੇ ਆ ਹਾਂ ਹਾਂ ਉਹਨਾਂ ਦੇ ਮਨਚੇ ਹੀ ਹੁੰਦੇ ਆ ਪਹਿਲਾਂ ਤਾਂ ਤੁਸੀਂ ਉਹਨਾਂ ਚੀ ਚੈੱਕ ਕਰ ਲਓ ਆ ਆ ਜੂਗੀ ਚੈ ਕੈਮਰੇ ਚ ਇਹ ਆਪਾਂ ਉੱਤੇ ਲਾ ਦਾਂਗੇ ਮੈਨੂੰ ਚਲ ਉੱਤੇ ਲਾ ਤ ਮੈਂ ਤੁਹਾਨੂੰ ਭੇਜ ਦੂੰਗਾ ਮੈਂ ਤੁਹਾਡੇ ਕੋਲ ਗੱਲ ਕਰਨੀ ਚਾਹੁੰਨਾ ਮਹਾਰਾਜ ਜੀ ਇੱਥੇ ਘਰ ਤੱਕ ਕਰਜ਼ਾਈ ਹੋ ਜਾਂਦੇ ਆ ਇਹ ਤਾਂ ਐਵੇਂ ਮਾਰਦੇ ਗੱਲ ਇਹ ਕੀ ਹੈਗੀ ਚੀਜ਼ ਇਹ ਪ੍ਰਨੋਟ ਆ ਜੀ ਤੁਹਾਨੂੰ ਪਾ ਦੂੰਗਾ ਤੁਸੀਂ ਵਿਖਾ ਰਿਆ ਜੇ ਕੀ ਹੋਇਆ ਵੀ ਅੱਗੇ ਤੋਂ ਗੱਡੀ ਦਾ ਐਕਸੀਡੈਂਟ ਹੋ ਗਿਆ ਸੀਗਾ ਉਦੋਂ ਤੋਂ ਪਹਿਲਾਂ ਇਲੈਕਸ਼ਨ ਵੇਲੇ ਵੀ ਮੈਂ ਕਿਸੇ ਤੋਂ ਫੜੇ ਡੜੇ ਸੀ ਪੈਸੇ ਗੱਡੀ ਦਾ ਜਦੋਂ ਐਕਸੀਡੈਂਟ ਹੋ ਗਿਆ ਸੀਗਾ ਉਹ ਉਦੋਂ ਵੀ ਮੈਂ ਪੈਸੇ ਫੜੇ ਕਿਸੇ ਤੋਂ ਗੱਡੀ ਠੀਕ ਕਰਾ ਲਈ ਡਿੱਗੀ ਠੀਕ ਕਰਾਖ ਦੇਤੀ ਉਹ ਜਿਹਦੀ ਜਿਹਦੀ ਗੱਡੀ ਸੀ ਉਹਾਂ ਦਾ ਵੀ ਹੁਣ ਭਰਾਵਾ ਤੂੰ ਰੱਖ ਪਹਿਲਾਂ ਉਹਨੂੰ ਮੈਂ ਕਿਹਾ ਤੇਰੀ ਗੱਡੀ ਕਬਾਰ ਚ ਵੇਚ ਦਿੰਨੇ ਆ ਤੇ ਤੂੰ ਐ ਕਰ ਵੀ ਮਤਲਬ ਹੀ ਇਹ ਵੀ ਐ ਨਾ ਕਰ ਵੀ ਅੱਤੇ ਪੱਤੇ ਪੈਸੇ ਮੈਂ ਪਾ ਨਾ ਤੂੰ ওই 1.30 ਲੱਖ ਦੀ ਗੱਡੀ ਲੈ ਲਾ ਇੱਥੋਂ ਮਲੋਟੋ ਹੀ ਠੀਕ ਕਰਾਈ ਸੀ ਆ ਦਾਣਾ ਮੰਡੀ ਦੇ ਵਿੱਚ ਹੀ ਰਹਿ ਗਏ ਦੁਕਾਨ ਉਹ ਜਿਹੜਾ ਪੈਸਾ ਮੇਰੇ ਸਾਹਬ ਨੇ 85 ਤੋਂ ਲੈ ਕੇ 88000 ਰੁਪਏ ਦੇ ਵਿੱਚ ਵਿੱਚ ਲੱਗਿਆ ਅੱਛਾ ਜਦੋਂ ਚੱਲੀ ਉਹ ਗੱਡੀ ਚੰਗੀ ਚੱਲੀ ਨਹੀਂ ਫਿਰ ਕਹਿੰਦਾ ਗੱਡੀ ਤੂੰ ਹੀ ਰੱਖ ਇੱਕ ਤਾਂ ਸਿਆਪਾ ਮੈਨੂੰ ਉਹਦਾ ਖਟਣਾ ਪੈ ਗਿਆ ਅੱਛਾ ਜਦੋਂ ਉਹਦਾ ਸਿਆਪਾ ਘਟਣਾ ਫਿਰ ਉਹਨੂੰ ਪੈਸੇ ਦੇਣੇ ਪੈ ਗਏ ਜਦੋਂ ਕਰਜ਼ਾਈ ਹੋਇਆ ਤੇ ਕੋ ਉਦੋਂ ਫਿਰ ਮੈਂ ਪੈਸੇ ਜਿਹੜੇ ਲੈ ਕੇ ਕਿਸੇ ਸੱਜਣ ਨੇ ਜਿਹੜਾ ਸੀ ਆਪਣੇ ਗੁਰਸੇਵਕ ਸਿੰਘ ਟੂਰ ਸੀਗੇ ਉਹਨਾਂ ਤੋਂ ਮਦਦ ਉਹਨਾਂ ਨੇ ਕੀਤੀ ਪੈਸੇ ਮੈਂ ਦੇਤੇ ਜਿਹੜੇ ਨਾਲ ਦੇ ਨੇ ਲੈਣੇ ਸੀ ਉਹ ਕਹਿੰਦੇ ਦੇ ਕੋਲ ਪੈਸੇ ਬਹੁਤ ਆ ਸਰਕਾਰਾਂ ਦਿੰਦੀਆਂ ਇਹਨੂੰ ਪੈਸਾ ਤੇ ਤੂੰ ਇਹ ਤੋਂ ਵੀ ਲੈ ਲੈ ਉਹਨੇ ਵੀ ਨਾਲ ਦੀ ਨਾਲ ਪਰਨੋਟ ਬਣਾ ਲਿਆ ਇਹ ਭਲੇ ਇਹ ਜਿਹੜੇ ਲੋਕ ਆ ਨਾ ਲੋਕਾਂ ਨੂੰ ਇਹਦੀ ਬੁਰਕੀ ਮਤਲਬ ਗੱਲ ਸੁਣੋ ਮੰਨ ਲਓ ਕਾਂਗਰਸ ਇਹਨੂੰ ਬੁਰਕੀ ਦੇਊਗੀ ਉਹਨਾਂ ਕੋਲ ਆ ਰਾਜ ਵਡਿੰਗ ਕਰਕੇ ਬੈਠੇ ਆ ਡਰਾਮੇ ਬਾਜ਼ ਵਾਧੂ ਤਗੜੇ ਤਗੜੇ ਆ ਹੋਰ ਜਿਹੜੇ ਬੈਠੇ ਆ ਘੋੜਾ ਪ੍ਰਤਾਪ ਬਾਜ਼ ਬੈਠਾ ਹੋਰ ਵਾਧੂ ਬੈਠੇ ਆ ਫਿਰ ਜੇ ਗੱਲ ਕਰੀ ਅਕਾਲੀ ਦਲ ਦੇ ਵਿੱਚ ਵਾਧੂ ਬੈਠੇ ਬੋਲਣ ਵਾਲੇ ਮੇਰੇ ਗੇ ਦੀ ਉਹਨਾਂ ਨੂੰ ਕੀ ਲੋੜ ਆ ਝਾੜੂਆਂ ਦੇ ਤਾਂ ਆਪਾਂ ਖਲਾਫ ਹੀ ਬੋਲੀ ਜਾਂਦੇ ਆ ਭਾਜੀਪੀ ਦੇ ਵਿੱਚ ਤਾਂ ਕਿੰਨੇ ਉਹਨਾਂ ਦੇ ਯੋਧੇ ਬਣਾਏ ਆ ਉਹਨਾਂ ਨੇ ਸਾਰੀਆਂ ਪਾਰਟੀਆਂ ਚ ਯੋਧੇ ਬੈਠੇ ਆ ਜਿਹੜੇ ਦੇਸ਼ ਨੂੰ ਖਾਣ ਵਾਲੇ ਆ ਤੇ ਉਹਨਾਂ ਨੂੰ ਆਪਣੇ ਵਰਗਿਆਂ ਦੀ ਕੀ ਲੋੜ ਆ ਇਹ ਤਾਂ ਤੁਹਾਡੇ ਵਰਗਿਆਂ ਨੂੰ ਵੀ ਕਹਿ ਦਿੰਦੇ ਆ ਇਹ ਜਿਹੜੇ ਲੋਕ ਆ ਵੱਡੇ ਭਾਈ ਲੋਕ ਜਿੱਦੇ ਤਾਂ ਹੀ ਤਾਂ ਲੋਕ ਸਿਆਣੇ ਨਹੀਂ ਹੁੰਦੇ ਇਹ ਆਪਦੇ ਦੁਸ਼ਮਣਾਂ ਨੂੰ ਸੱਜਣ ਤੇ ਸੱਜਣਾਂ ਨੂੰ ਦੁਸ਼ਮਣ ਸਮਝਦੇ ਆ ਤਾਂ ਕਰਕੇ ਤਾਂ ਦੇਸ਼ ਜਿਹੜਾ ਕਹਿ ਲਓ ਇੱਕ ਨੰਬਰ ਤੇ ਨਹੀਂ ਆਉਂਦਾ ਇਹ ਲੋਕਾਂ ਦੀ ਗਲਤੀ ਹੈ ਕੋਈ ਵੀ ਲੀਡਰ ਤੁਹਾਡਾ ਭਲਾ ਤੁਸੀਂ ਆਪ ਦਾ ਆਪ ਕਰ ਸਕਦੇ ਆ ਤੁਸੀਂ ਇਹਨਾਂ ਦੀਆਂ ਗੱਲਾਂ ਚਾਏ ਫਿਰਦੇ ਆ ਘੋੜਾ ਘਾਸ ਤੇ ਘਾਸੇ ਦੋਸਤੀ ਕਰੇਗਾ ਤੋ ਖਾਏਗਾ ਕਿਆ ਇਹ ਘੋੜੇ ਆ ਭਰਾਵਾ ਇਹਨਾਂ ਘੋੜਿਆਂ ਨੇ ਕੁਛ ਨਹੀਂ ਸਵਾਰਨਾ ਚਾਹੇ ਉਹ ਪੰਜਾਬ ਵਾਲੇ ਘੋੜੇ ਹੋਣ ਚਾਹੇ ਉਹ ਹਰਿਆਣੇ ਵਾਲੇ ਘੋੜੇ ਹੋਣ ਚਾਹੇ ਉਹ ਦੇਸ਼ ਦੇ ਘੋੜੇ ਹੋਣ ਇਹ ਘੋੜੇ ਆ ਆਪਾਂ ਨੂੰ ਘਾਸ ਸਮਝਦੇ ਆ ਇਹਨਾਂ ਨੇ ਆਪਣਾ ਕੱਖ ਨਹੀਂ ਸਵਾਰਨਾ ਸਭ ਤੋਂ ਵੱਡੀ ਲੋਕਾਂ ਦੀ ਗਲਤੀ ਆ ਜਿਹੜਾ ਕਿਸੇ ਲੀਡਰ ਤੋਂ ਬਦਲਾ ਭਾਲਦਾ ਬਦਲਾ ਲਿਆਉਣਾ ਲੋਕਾਂ ਨੇ ਬਦਲਾ ਲਿਆਉਣਗੇ ਲੋਕ ਪਰ ਜਿਹੜੇ ਲੋਕ ਆ ਉਹ ਫਰੀਦੀਆਂ ਸਹੂਲਤਾਂ ਦੇ ਵਿੱਚ ਮਰੀ ਜਾਂਦੇ ਆ ਜਿੱਦੇ ਇਹ ਜਾਗਣਗੇ ਉਦਦੇ ਦੇਸ਼ ਬਚੂਗਾ ਪਰ ਮਾਰਨ ਦੇ ਵਿੱਚ ਤਾਂ ਇਹ ਹੋਏ ਪਏ ਆ ਹੋਰ ਤਾਂ ਤੁਸੀਂ ਦੱਸੋ ਬਚੂਗਾ ਕਿਵੇਂ ਠੀਕ ਹੈ ਹਾਂਜੀ ਬਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੇ ਗੱਲਬਾਤ ਕੀਤੀ ਵੇ ਸ਼ੁਦੀਪ ਦੇ ਨਾਲ ਉਹਨਾਂ ਨੇ ਅੱਖੋ ਵਾ ਗੱਲਾਂ ਕਹੀਆਂ ਹਰ ਇੱਕ ਮੁੱਦੇ ਤੇ ਆਪਣਾ ਪੱਕ ਰੱਖਿਆ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਦੇਖਦੇ ਰਹੋ ਲੋਕਸ ਟੀਵੀ ਧੰਨਵਾਦ